ਗੁਰਦੀਪ ਗੁਰਦੀਪ ਸਿੰਘ ਬਠਿੰਡਾ ਜੀ ਅੱਜ ਜਿਹੜੀ ਜਲੰਧਰ ਦੇ ਵਿੱਚ ਬਾਬਾ ਜਸਵੀਰ ਸਿੰਘ ਰੂਪ ਨੇ ਬਣਾਈ ਦੇ ਉੱਪਰ ਇੱਕ ਮੀਟਿੰਗ ਰੱਖੀ ਗਈ ਸੀ ਬਾਬਾ ਮੀਟਿੰਗ ਰੱਖੀ ਗਈ ਸੀ ਉਹਦੇ ਵਿੱਚ ਅੱਜ ਕੀ ਕੁਝ ਹੋਇਆ ਅੱਜ ਜੋ ਭਾਈ ਗੁਰਮੁਖ ਸਿੰਘ ਦੀ ਗ੍ਰਿਫਤਾਰੀ ਦੇ ਰੋਸ ਦੇ ਵਿੱਚ ਰੱਖੀ ਗਈ ਸੀ ਅਤੇ ਉਹਦੇ ਨਾਲ ਨਾਲ ਜੋ ਪੰਥਕ ਮਾਮਲੇ ਆ ਸਿੰਘਾਂ ਦੀਆਂ ਰਿਹਾਈਆਂ ਕਿਸਾਨ ਮੋਰਚਾ ਹੈ ਇਹਨਾਂ ਸਭ ਦੇ ਸੰਬੰਧ ਦੇ ਵਿੱਚ ਬੇਅਦਬੀ ਦਾ ਮਾਮਲਾ ਹੈ ਉਹਨਾਂ ਦੇ ਬਾਰੇ 'ਚ ਸਾਰੀਆਂ ਵਿਚਾਰਾਂ ਹੋਈਆਂ ਨਾਲ ਦੀ ਨਾਲ ਪੰਥਕ ਏਕਤਾ ਸੰਬੰਧ 'ਚ ਜਿਹੜੀਆਂ ਜਥੇਬੰਦੀਆਂ ਸੰਘਰਸ਼ੀਲ ਆ ਉਹਨਾਂ ਬਾਰੇ ਵਿਚਾਰਾਂ ਹੋਈਆਂ ਇਹ ਵੀ ਇੱਕ ਵਿਚਾਰ ਹੋਈ ਕਿ ਬਾਦਲ ਅਤੇ ਜਿਹੜੇ ਕਾਂਗਰਸ ਰਲੇ ਆ ਇਹਨਾਂ ਦੀ ਬਜਾਏ ਪੰਜਾਬ 'ਚ ਨਵੀਂ ਇੱਕ ਧਿਰ ਬਣਾਉਣੀ ਚਾਹੀਦੀ ਉਹ 'ਚ ਆਉਣ ਵਾਲੇ 15 ਦਿਨਾਂ ਦੇ ਵਿੱਚ ਵਿੱਚ ਇੱਕ ਮੀਟਿੰਗ ਕਰਕੇ ਛੇਤੀ ਇਹਦਾ ਫੈਸਲਾ ਜਿਹੜਾ ਕੋਈ ਠੋਸ ਰੂਪ 'ਚ ਇਹਦਾ ਐਲਾਨ ਕੀਤਾ ਜਾਵੇ ਅੱਛਾ ਭਾਈ ਜਿਹੜਾ ਕਿ ਗੁਰਮੁਖ ਸਿੰਘ ਦਾ ਜਿਹੜਾ ਸਾਰਾ ਮਾਮਲਾ ਆ ਉਹ ਕਿਸ ਤਰ੍ਹਾਂ ਸਾਰਾ ਇਹ ਮਾਮਲਾ ਜਿਹੜਾ ਕਿ ਆਇਆ ਹੋਣ ਦੇ ਵਿੱਚ ਆਇਆ ਅਤੇ ਹੁਣ ਜਿਹੜਾ ਕਿ ਉਹਨਾਂ ਦੀ ਕੀ ਸਾਰੇ ਸਟੇਟਸ ਹੈਗਾ ਉਸ ਮਾਮਲੇ ਉਹਦਾ ਜਿੱਥੋਂ ਤੱਕ ਅੱਜ ਦਾ ਸਟੇਟਸ ਹੈ ਵੀ ਕਿਸੇ ਨੂੰ ਕੋਈ ਪਤਾ ਨਹੀਂ ਕਿੱਥੇ ਰੱਖਿਆ ਗਿਆ ਕਿਸੇ ਲਈ ਕੋਈ ਜਾਣਕਾਰੀ ਨਹੀਂ ਪਰ ਇਹਦਾ 15 ਦਿਨਾਂ ਤੋਂ ਇੱਕ ਟਰੈਪ ਉੱਥੇ ਪੁਲਿਸ ਕੱਢਦੀ ਸੀ ਜਿਹੜੀ ਕਾਰ ਦੀ ਫੋਟੋ ਲਈ ਆ ਉਹ ਇੱਕ ਮਹੀਨਾ ਪਹਿਲਾਂ ਲਈ ਆ ਇਹਨੂੰ ਪਹਿਲਾਂ ਹੀ ਮੈਂ ਮਹੀਨੇ ਦਾ ਕੀ ਪਤਾ ਸੀ ਇੱਥੇ ਆਏਗਾ ਇੱਕ ਮਹੀਨਾ ਪਹਿਲਾਂ ਫੋਟੋ ਲਈ ਆ ਕਿਉਂਕਿ ਉਹਦਾ ਦਫ਼ਤਰ 'ਚ ਪਲਾਈ ਨਹੀਂ ਲੱਗੀ ਸੀ ਉਸ ਸਮੇਂ ਦੀ ਫੋਟੋ ਆ ਕਮਰੇ ਪਏ ਨੇ ਹੁਣ ਤਾਂ ਇੱਕ ਮਹੀਨੇ ਤੋਂ ਦਫ਼ਤਰ ਦੇ ਵਿੱਚ ਪਲਾਈ ਲੱਗੀ ਸੀ ਲੱਕੜ ਲੱਗੀ ਸੀ ਉਹਦੀ ਰੂਪ ਰੇਖਾ ਬਦਲੀ ਗਈ ਆ ਬਾਹਰ ਖੜੀ ਦੀ ਕਾਰ ਦੀ ਇਹਨਾਂ ਨੇ ਇੱਕ ਜਾਣ ਬੁੱਝ ਕੇ ਉਲਝਾਇਆ ਗਿਆ ਮਾਮਲੇ ਨੂੰ ਕਿ ਕੋਈ ਗੱਲ ਨਵੀਂ ਸ਼ੁਰੂ ਨਾ ਹੋ ਸਕੇ ਦੋਵੇਂ ਤਰ੍ਹਾਂ ਰਲੀਆਂ ਵੀ ਨੇ ਅੱਜ ਕਿੰਨੇ ਅੱਜ ਜਿਹੜਾ ਕਿ ਆਪਣਾ ਜਥੇਦਾਰ ਮੰਡ ਵੀ ਇੱਥੇ ਪਹੁੰਚੇ ਸੀਗੇ ਅਤੇ ਹੋਰ ਵੀ ਜਿਹੜੇ ਕਿ ਆਗੂ ਇੱਥੇ ਪਹੁੰਚੇ ਨੇ ਦਾਦੂਵਾਲ ਵੀ ਪਹੁੰਚੇ ਨੇ ਸੋ ਉਹਨਾਂ ਦਾ ਜਿਹੜਾ ਕਿ ਕਿਸ ਤਰ੍ਹਾਂ ਦਾ ਇੱਥੇ ਅੱਜ ਰਵੱਈਆ ਰਿਹਾ ਕਿਸ ਤਰ੍ਹਾਂ ਦਾ ਉਹਨਾਂ ਦਾ ਵਿਚਾਰ ਇਹ ਸਾਰੇ ਇੱਕ ਗੱਲ ਤਾਂ ਇੱਕ ਮਤ ਆ ਪੰਥ ਸਾਰਾ ਫਿਕਰਮੰਦ ਵੀ ਹੈ ਕਿ ਜਿਹੜੀਆਂ ਦੋਵੇਂ ਤਰ੍ਹਾਂ ਰਲ ਕੇ ਪੰਜਾਬ ਨੂੰ ਅਤੇ ਪੰਥ ਨੂੰ ਕੁੱਟ ਰਹੀਆਂ ਇਹਦੇ ਬਾਰੇ ਸਾਨੂੰ ਵਿਚਾਰ ਕੇ ਇਕੱਠੇ ਹੋਣ ਦੀ ਲੋੜ ਕੋਈ ਅਗਲਾ ਬੰਨ ਨੂੰ ਰਲ ਮਿਲ ਕੇ ਬੰਨੀਏ ਹੋਰ ਕੋਈ ਖਾਸ ਗੱਲ ਕੋਈ ਨਵੀਂ ਰਣਨੀਤੀ ਆਉਣ ਵਾਲੇ 15 ਦਿਨਾਂ 'ਚ ਇਹ ਮੀਟਿੰਗ ਦੁਬਾਰਾ ਹੋਏਗੀ ਸਾਰਿਆਂ ਦੀ ਅਤੇ ਉਸ ਤੋਂ ਬਾਅਦ ਇਹ ਅਗਲੀ ਲਿਖੀ ਧੰਨਵਾਦ ਜੀ ਮੇਜਰ ਸਿੰਘ ਜੀ ਤੁਹਾਡਾ